ਇੰਜਣ ਪਾੜ ਪਾੜ ਫਿਰਦਾ। ਹਾਂ ਇਹ ਹੁਣ ਤੱਕ ਭਾਈ ਕਿੰਨੇ ਕੁ ਇੰਜਣ ਪਾੜ ਤੇ ਇਹਦੇ? ਪੰਜਵਾਂ ਇੰਜਣ ਹੈ ਭਾਜੀ ਇਹ ਵਾਲਾ, ਇਸ ਟਰੈਕਟਰ 'ਚ। ਇਸ ਟਰੈਕਟਰ 'ਚ ਇਹ ਬੰਦੇ ਨੂੰ ਇਹ ਕਿਹਾ ਸੀਗਾ ਹੁਣ ਤਾਂ ਦੱਸਦੇ ਤੇ ਟਰੈਕਟਰ ਦੇ ਮੈਂ 9-10 ਲੱਖ ਦੇ ਲਾਗੇ ਲੱਗ ਗਿਆ ਨਾ ਤੇ ਹੁਣ। ਹਾਂ ਤੇ ਲੋਕਾਂ ਨੇ ਇਹ ਗੱਲ ਕਰਨੀ ਇਹਨੇ ਤਾਂ ਨਵਾਂ ਆ ਜਾਣਾ, ਨਵੇਂ ਨੇ ਆ ਰਹੀ ਸੀ ਜ਼ਿੰਦਗੀ 'ਚ ਨਹੀਂ ਕਰਨੀ। ਫਿਰ ਤੁਹਾਨੂੰ ਹੋਰ ਮੋਟਾ ਮੋਟਾ ਦੱਸੀ ਇਹਦਾ ਰੰਗ ਰੰਗ ਦਾ ਖਰਚਾ ਸਾਡਾ 25,000 ਆ। ਥੋੜ੍ਹਾ ਹੈ ਯਾਰ, ਬਹੁਤ ਜ਼ਿਆਦਾ ਥੋੜ੍ਹਾ ਆ। ਲੱਖ ਰੁਪਈਏ ਤਾਂ ਚੱਲ ਜਾਂਦਾ ਆ, 1-1.5 ਲੱਖ ਮੰਗਦੇ ਸੀ। ਹਾਂ ਤੇ ਹੁਣ ਇੰਜਣ ਕਿਹੜਾ ਇਹਦੇ ਵਿੱਚ? ਹੁਣ ਇਹ 'ਚ ਹੈਗਾ 60-50 ਦਾ ਆ, 55 HP ਆ ਇਹ। ਬਿਲਕੁਲ ਹਾਂ, ਫੋਰ ਟਰੈਕਟਰ ਤੁਹਾਨੂੰ ਦੱਸਦੇ ਹਾਂ ਆ ਜਿਹੜੇ ਲੱਗੇ ਆ ਆਮ ਆਪਣੇ ਹਾਂ 25,000-30,000 ਰੁਪਇਆ ਲੈਂਦੇ ਆ ਉੱਤੇ ਚੱਕਣ ਦਾ, ਤੇ ਇਹਦਾ 14,000 ਰੁਪਇਆ ਲੱਗਾ। ਕਿ ਇਹਦੇ ਵਿੱਚ ਸਮਾਨ ਜਿਹੜਾ ਆ ਉਹ ਕੰਪਨੀ ਵਾਲਾ ਲੱਗਿਆ ਆ? ਹਾਂ ਆ ਡਾਲਾ ਆਪਣਾ ਟਾਟਾ ਦਾ ਉਹਦਾ ਆ, ਛੋਟੇ ਹਾਥੀ ਦਾ, ਛੋਟੇ ਹਾਥੀ ਦਾ, ਛੋਟੇ ਹਾਥੀ ਦਾ ਲਾਤਾ। ਹਾਂਜੀ ਯਾਰ, ਸਿਸਟਮ ਦੇ ਕਿੰਨੇ ਕੁ ਪੈਸੇ ਲਾਤੇ ਫਿਰ ਬਾਈ ਨੇ? ਸਿਸਟਮ ਦੇ ਸ਼ੌਂਕੀ ਨੂੰ ਪਤਾ ਹਿਸਾਬ ਹੀ ਉਹਦਾ ਕਰਕੇ ਆਇਆ। ਹੁਣ ਤਾਂ ਜੀ ਭਾਜੀ ਇਹਦਾ 4 ਕੁ ਦੇ ਕਰੀਬ ਚੱਲ ਗਿਆ ਆ। 4 ਲੱਖ ਰੁਪਏ ਇੱਥੇ ਲਾਤਾ? ਜਦੋਂ ਪਹਿਲਾਂ ਟਰੈਕਟਰ ਸੀਗਾ ਪਹਿਲਾਂ ਇਹ ਕਿਹੜਾ ਸੀਗਾ? ਪਹਿਲਾਂ 36-04 ਸੀਗਾ, 92 ਮਾਡਲ। ਤੇ ਬਾਈ ਇਹ ਟਰਾਲੀ ਜਿਵੇਂ ਆਪਾਂ ਤਾਂ ਕਹਿੰਦੇ ਸਾਡੇ ਕੋਲ ਚਲੋ ਜੋੜੀ ਪਈ ਸੀ ਟਾਇਰਾਂ ਦੀ, ਦੋ ਟਾਇਰ ਪਏ ਸੀ ਇਕੱਲੇ, ਇਹ 1 ਲੱਖ ਰੁਪਏ ਲੱਗ ਗਿਆ। ਤੇ ਮੰਨ ਲਓ ਕਿਸੇ ਹੋਰ ਬੰਦੇ ਨੇ ਬਣਵਾਉਣੀ ਹੋਵੇ, ਐਸਟੀਮੇਟ ਕੇ ਯਾਰ ਉਹਦਾ ਵੀ 1 ਲੱਖ ਰੁਪਏ ਲੱਗੂ? ਨਹੀਂ ਉਹਦਾ ਚੱਲ ਵੱਧ ਵੀ ਲੱਗ ਸਕਦਾ ਬਾਈ। ਹੁਣ ਕਈਆਂ ਨੇ ਇਹੀ ਗੱਲ ਕਹਿਣੀ ਹੈ ਨਾ ਵੀ ਖਰਚਾ ਕੀਤਾ ਆ, ਕਰਜ਼ਾ ਚੱਕਿਆ ਫਲਾਨਾ, ਇਹ ਘਰੋਂ ਸਰਦੇ ਆ। ਹਾਂਜੀ ਇਹ ਵਿੱਚ ਇੰਜਣ ਦੇ ਕੇ ਅਸੀਂ 60,000 ਦਾ ਇੰਜਣ ਲਿਆ। ਅੱਛਾ, ਉਹ ਵਿੱਚ ਦੇ ਕੇ 60,000 ਦਾ ਲਿਆ? ਹਾਂ, ਇਹ 80,000 ਦਾ ਸੀ, ਬਾਕੀ ਉਹ ਵਿੱਚ ਚਲ ਗਿਆ ਪਾਟਾ ਇੰਜਣ। ਅੱਛਾ, ਉਹ ਪਾਟ ਗਿਆ ਸੀਗਾ। ਇਹ ਆਪਣਾ ਉਹੀ ਗੱਲ ਹੈ ਵੀ 120 ਤੇ ਜਾਂਦਾ ਆ, ਇਹ ਜਾਂਦਾ ਜਾਂਦਾ ਇਹ ਜਾਂਦਾ ਠੋਕ ਕੇ ਜਾਂਦਾ ਨਾਲੇ। ਅੱਛਾ, ਇਹ ਉਹ ਆਪਣੇ ਜਿਹੜੇ ਮੈਕ ਪਏ ਆ ਸਾਰੇ 10,000 ਦੇ ਪਏ ਆ। ਮੰਨ ਲਓ ਸਪਰਿੰਗ ਪਾਉਣਾ ਹੈ, ਉਹਦਾ ਕਿੰਨਾ ਕੁ ਖਰਚਾ ਆਉਂਦਾ ਹੋਊਗਾ? ਉਹਦਾ ਲਾ ਲਓ ਵੀ 3500-4,000 ਦੇ ਵਿੱਚ ਆ ਜਾਂਦਾ। ਤੇ ਜੋ ਬਾਹਰ ਜਿਹੜੇ ਨਵੇਂ ਨਵੇਂ ਸ਼ੁਰੂ ਕਰਦੇ ਨੇ ਪਾਉਣੇ, ਉਹ ਕਿੰਨਾ ਕੁ ਲੈਂਦੇ ਨੇ? ਉਹ ਫੇਰ ਦੁਬਾਰਾ ਕਾਲੇ ਤੋਂ ਹੀ ਆਉਂਦੇ ਆ। ਆਪਣੇ ਸ਼ਹਿਰ ਚ ਆ, ਆਪਣੇ ਜ਼ਿਲ੍ਹੇ ਚ ਆ, ਦੁਆਬੇ ਚੌਕ ਤੋਂ ਬੰਪਰ ਦਿਖਾਤਾ ਸਾਡੇ ਵਿੱਕੀ ਨੇ, ਫਿਰ ਪਤਾ ਲੱਗ ਜਾਂਦਾ ਕਿਹਨਾਂ ਦੇ ਪਿੰਡ ਆਏ ਹੋ ਆ। ਤੇ ਦੂਜਾ ਟਰੈਕਟਰ ਮਿੱਤਰੋ, ਹੈਂ ਰੰਗ ਤੋਂ ਤੁਹਾਨੂੰ ਫਾਰਮ ਟਰੈਕ ਲੱਗਣਾ, ਸ਼ੋਅ ਤੋਂ ਤੁਹਾਨੂੰ ਕੁਝ ਹੋਰ ਲੱਗਣਾ, ਟਰੈਕਟਰ ਕਹਿੰਦਾ ਦਲਜੀਤ ਦਸਾਂਝ ਬਣਾ ਰੱਖਿਆ ਕਿ ਬਈ ਬ੍ਰਾਂਡਡ ਕੱਪੜੇ ਪਾ ਰੱਖੇ ਨੇ ਪੂਰੇ, ਹੈਂ। ਤੇ ਜਿਹੜੇ ਬੰਦੇ ਨੇ ਜਦੋਂ ਆਹ ਪਿੰਡ ਆ ਜਾਂਦੇ ਆ ਸਿਕੰਦਰਪੁਰ, ਫਿਰ ਆਪਣਾ ਬਾਈ ਆਉਂਦਾ ਇੱਥੇ ਜਿਹੜਾ ਮੇਨ ਬੁਲਾਰਾ PV08 ਵਾਲਿਆਂ ਦਾ, ਤਜਿੰਦਰ ਬਾਈ। ਬਾਈ ਸਤਿ ਸ਼੍ਰੀ ਅਕਾਲ, ਕਿਵੇਂ? ਸਤਿ ਸ਼੍ਰੀ ਅਕਾਲ ਬਾਈ, ਹੋਰ ਕੀ ਹਾਲ ਚਾਲ ਆ? ਵਾਹ ਵਧੀਆ, ਕਹਿੰਦੇ ਬੋਲਣ ਨੂੰ ਕੀਤਾ ਮੂਰੇ, ਜਿਹੜਾ ਮਰਜ਼ੀ ਹੋਵੇ। ਹਾਂ ਬੋਲਣਾ ਆ ਬਾਈ ਨੇ ਸਾਡੇ ਨੇ, ਬਿਲਕੁਲ ਬਾਈ। ਵੀਡੀਓ ਤੋਂ ਪਹਿਲਾਂ ਦੱਸ ਦਿੰਦੇ ਨੇ ਬਾਈ ਆਹ ਚੀਜ਼ਾਂ ਲੱਗੀਆਂ ਨੇ, ਬੋਲ ਦਿਓ। ਹਾਂ ਪਹਿਲਾਂ ਸਲਾਹ ਕਰ ਹਟੇ ਆ ਨਾ ਵੀ ਕਿਹੜਾ ਕਿੰਨਾ ਖਰਚਾ ਆਇਆ, ਉਹ ਵੀ ਅੱਜ ਕੀਤਾ ਸਲਾਹ। ਅੱਛਾ, ਉਹ ਵੀ ਅੱਜ ਕੀ? ਮੈਂ ਲਾਉਣ ਲੱਗੇ ਦੇਖੇ ਨੇ। ਨਹੀਂ, ਇਹ ਟਰੈਕਟਰ ਹੈ ਕਿਹਦਾ ਆ? ਟਰੈਕਟਰ ਹੈਗਾ ਆਪਣੇ ਗੁਰੀ ਦਾ। ਅੱਗੇ ਵੀ ਬਹੁਤ ਵਾਰੀ ਕਿਹਾ ਨਾ ਵੀ ਇਹ 4-5 ਇੰਜਣ ਬਦਲੇ ਆ, ਇਹ ਹੁਣ ਆਖਰੀ ਕੋਈ ਚੱਜ ਦਾ ਲਾਤਾ ਆ। ਇਹ ਮੱਗਰ ਪੱਖੀ ਪਾੜ ਵਾਲਾ ਕੰਮ ਆ, ਇੰਜਣ ਪਾੜ ਪਾੜ ਫਿਰਦਾ। ਹਾਂ ਇਹ ਹੁਣ ਤੱਕ ਭਾਈ ਕਿੰਨੇ ਕੁ ਇੰਜਣ ਪਾੜ ਤੇ ਇਹਦੇ? 5ਵਾਂ ਇੰਜਣ ਆ ਭਾਜੀ ਇਹ ਵਾਲਾ, ਇਸ ਟਰੈਕਟਰ 'ਚ। ਇਸ ਟਰੈਕਟਰ 'ਚ। ਅੱਛਾ, ਤੇ ਹੁਣ ਇੰਜਣ ਕਿਹੜਾ ਇਹਦੇ ਵਿੱਚ? ਹੁਣ ਇਹ 'ਚ ਹੈਗਾ 60-50 ਦਾ ਆ, 55 HP ਆ ਇਹ। ਤੇ ਜਾਣੀ ਕਿ ਮੋਡੀਫਾਈ ਕਰਕੇ ਉਹੀ 65 ਦੇ HP ਦੇ ਲਾਗੇ ਲੈ ਕੇ ਗਏ ਆ। ਮਤਲਬ ਉੱਥੇ ਤੱਕ ਇਹਨੂੰ ਲੈ ਗਏ। ਵੈਸੇ ਟਰੈਕਟਰ ਕਿਹੜਾ ਆ? ਵੈਸੇ ਹੁਣ ਤਾਂ ਲਾ ਲਓ ਫੋਰਡ ਦੀ ਹੋ ਗਈ, ਕਹਿੰਦੇ ਹੁੰਦੇ ਅਪਗ੍ਰੇਡ ਆ। ਫੋਰਡ ਦਾ ਅਪਗ੍ਰੇਡ ਵਰਜਨ ਬਹੁਤ ਕਰਤੇ, ਬਹੁਤ ਜ਼ਿਆਦਾ ਕਰਤਾ ਆ। ਕੁਛ ਕੰਪਨੀ ਵਾਲੀਆਂ ਚੀਜ਼ਾਂ ਹਜੇ ਲਾਉਣੀਆਂ ਜਿਹੜੀਆਂ ਇੱਥੇ ਪੱਲੋ ਲਾ ਲਈਆਂ ਅਸੀਂ। ਮੂਹਰੇ ਸ਼ੁਰੂ ਕਰ ਲਈ ਬੰਪਰ ਤਾਂ ਚਲੋ ਸਾਰਿਆਂ ਨੂੰ ਪਤਾ ਹੁੰਦਾ ਕਿ ਤੁਹਾਡੇ ਕਿਹੜਾ ਲੱਗਾ। 40 ਇੰਚ ਹੁੰਦਾ ਤੇ ਹੈਪੀ ਵਾਲਾ। ਆਹ ਦੇਖੋ ਨਾ, ਉਦਾਂ ਵੀ ਮੇਲਿਆਂ ਦੇ ਜਾਣ ਦੀ ਪਹਿਲੀ ਨਿਸ਼ਾਨੀ, ਬੰਦੇ ਬਿਠਾ ਕੇ ਜਾਲੀ ਜੁੜੀ ਵੀ ਤੋੜੀ ਆ। ਚੱਕਰ ਇਹ ਆ ਨਾ ਭਾਜੀ, ਇਹ ਹੈਗਾ ਹਾਈ ਸਪੀਡ। ਹਾਂ ਨਾਲੇ ਵੀ ਦੱਸ ਦਈਏ ਸੱਚ, ਖੇਤੀਬਾੜੀ ਵਾਲਾ ਰਹਿ ਗਿਆ ਕਿ ਨਹੀਂ? ਰਹਿ ਗਿਆ ਆ, ਜਿੰਨੀ ਕੁ ਜਾਣੀ ਕਿ 10-12 ਖੇਤ ਜੇ ਘਰ ਦੇ ਕਰਨੇ ਆ ਤਾਂ ਜ਼ਿਆਦਾ ਜੋਗਾ ਨਹੀਂ ਰਿਹਾ। ਜ਼ਿਆਦਾ ਜੋਗਾ ਨਹੀਂ ਹੈਗਾ। ਹਾਂ ਹੁਣ ਕਈਆਂ ਨੇ ਇਹ ਵੀ ਕਹਿਣਾ ਜੀ ਐਂ ਹੋ ਜਾਂਦੀ ਉਹ ਚੱਲਦੇ ਆ ਫਲਾਨਾ, ਜੇ ਚਲਾਉਣਾ ਖਿੱਚ ਗਏ ਆ ਫਿਰ ਇਹ ਘੁੰਮਣ ਫਿਰਨ ਨੂੰ ਆ, ਜਾਂ ਮਾੜਾ ਮੋਟਾ ਆਪਣਾ ਘਰ ਦਾ ਕੰਮ ਨੂੰ। ਦੂਜੀ ਗੱਲ ਸਰਦੇ ਆ ਤਾਂ ਕਰਦੇ ਅਗਲੇ। ਹਾਂ
ਹੁਣ ਹਰੇਕ ਨੇ ਸਾਡੇ ਨੇ ਟ੍ਰੈਕਟਰ ਥੋੜੇ ਤਿਆਰ ਕੀਤੇ ਆ ਵੀ ਘਰੋਂ ਸੌਖੇ ਆ ਜਿਹੜੇ ਇੱਕ ਘਰੋਂ ਸੌਖੇ ਵਾਲੇ ਬੰਦੇ ਇਹ ਸੌਖੇ ਆ ਬੰਦੇ ਤਾਂ ਇੰਜਣ ਇੰਨੇ ਬਦਲੀ ਹਾਂ ਹੁੰਦੇ ਆ ਹੁਣ ਕਈਆਂ ਨੇ ਇਹੀ ਗੱਲ ਕਹਿਣੀ ਆ ਨਾ ਵੀ ਖਰਚਾ ਕੀਤਾ ਆ ਕਰਜ਼ਾ ਜਿੱਕਿਆ ਫਲਾਨਾ ਇਹ ਘਰੋਂ ਸਰਦੇ ਆ ਅੰਦਰ ਕੀ ਕਰਤਾ ਫਿਰ ਜੀ ਆਪਾਂ ਅੰਦਰ ਦੱਸਣਾ ਹੋਵੇ ਇਸ ਟਾਈਮ ਅੰਦਰ ਇਸ ਟਾਈਮ ਇਹਨੂੰ ਫੋੜ ਤੋਂ ਆ ਸਾਰਾ ਕੁਝ ਬਣਾਉਣ ਲਈ ਕੀ ਪਾਤਾ ਹੋਊਗਾ ਇਹਦੇ ਬਾਈ ਜਿੱਥੋਂ ਹੁੱਕ ਤੱਕ ਚੱਲ ਜਾਈਏ ਜੇ ਮੰਨ ਲਓ ਹੁਣ ਲਾ ਲਓ ਸਾਹਿਬ ਆ ਸ਼ੋਅ ਵੀ ਆ ਪਰ ਆਹ ਨਵੀਂ ਲਾਈ ਆ ਸਾਰੀ ਪਹਿਲਾਂ ਸ਼ੋਅ ਦਾ ਨਵੀਂ ਲਾਈ ਆ ਫਿਰ ਤੁਹਾਨੂੰ ਹੋਰ ਮੋਟਾ ਮੋਟਾ ਦੱਸੀ ਇਹਦਾ ਰੰਗ ਰੰਗ ਦਾ ਖਰਚਾ ਸਾਡਾ 25,000 ਆ ਥੋੜ੍ਹਾ ਯਾਰ ਬਹੁਤ ਜ਼ਿਆਦਾ ਥੋੜ੍ਹਾ ਆ ਲੱਖ ਰੁਪਈਏ ਦਾ ਚੱਲ ਜਾਂਦਾ ਆ ਲੱਖ 1.5 ਲੱਖ ਮੰਗਦੇ ਸੀ ਅਤੇ ਬੰਦਾ ਆਪਣਾ ਮੁੰਡਾ ਆ 76 ਇੱਥੇ ਕਿਸੇ ਨਗੜਦਾ ਤੇ ਉਹਨੇ ਕਰਕੇ ਦਿੱਤਾ ਹੈ 25,000 ਚ ਅੱਛਾ 25,000 ਚ ਰੰਗ ਹੋ ਗਿਆ 2K ਰੰਗ ਆ ਸਾਰੇ ਕਹਿੰਦੇ ਹੁੰਦੇ ਪੇਂਟਰ ਹਨਾ ਬਾਈ 2K ਮਾਰਿਆ 2K ਦਾ ਯਾਰ ਉਹ ਬਣਾ ਰੱਖਿਆ ਆਪਦਾ ਤਕੀਆ ਕਲਾਮ ਕਰ ਪਹਿਲਾਂ ਇਹ ਦੱਸਣਾ ਆ ਯਾਰ 5,000 ਦਾ 2K ਪੇਂਟ ਆ ਬਾਅਦ ਚੋਂ ਸਾਨੂੰ ਵੀ ਕਹਿੰਦੇ ਸ਼ੋਅ ਨੂੰ ਕਰ ਲਓ ਡੈਂਟਿੰਗ ਪੇਂਟਿੰਗ ਕਰ ਲੈਂਦੇ ਹਾਂ ਸਾਰੀ ਸ਼ੋਅ ਨਵੀਂ ਪਾਈ ਆ ਸ਼ੋਅ ਮੇਰੇ ਹਿਸਾਬ ਨਾਲ ਆਪਣੀ ਆਈ ਉਦੋਂ 15,000 ਦੀ ਆਈ 15-16,000 ਦੀ ਆਈ ਆ ਸ਼ੋਅ ਮਤਲਬ ਕਿ ਕਿਸੇ ਨੇ ਆਪਦੇ ਦਾਦੇ ਦਾ ਫੋਟ ਤਿਆਰ ਕਰਨਾ ਉਹਨੂੰ ਪੂਰੀ ਇਸ ਟਾਈਮ ਉਹ ਐਸਟੀਮੇਟ ਦੇ ਦੇਣਾ ਹੈ ਸਾਡੇ ਬਿਲਕੁਲ ਬਿਲਕੁਲ ਇਹ ਹੈ ਨਾ ਹੁਣ 15 ਘੱਟੋ ਘੱਟ 20,000 ਉਹਦੀ ਉਹ ਸੀ ਡੈਂਟਿੰਗ ਪੇਂਟਿੰਗ 16,000 ਦੀ ਸ਼ੋਅ ਆ ਹਾਂ ਵੀ ਘੱਟ ਖਰਚਾ ਹੋਇਆ ਯਾਰ ਬਹੁਤ ਘੱਟ ਖਰਚਾ ਦੂਜਾ ਇਹ ਆ ਵੀ ਇਹਨੂੰ ਕਦੀ ਜੰਗ ਨਹੀਂ ਲੱਗਣਾ ਅੱਛਾ ਹਾਂਜੀ ਕਿਉਂਕਿ ਸਾਰਾ ਗਰੀਬ ਪੇਂਟ ਹੋਇਆ ਨਾ ਹੁਣ ਦੂਜਾ ਆ ਉਹਦੇ ਰੰਗ ਉੱਤੇ ਫਿਰ ਰੰਗ ਮਾਰਦੇ ਜਦੋਂ ਰੰਗ ਲਾਉਂਦੇ ਆ ਆਪਣੇ ਕਾਸਟ ਮਾਰ ਕੇ ਰੰਗ ਦਾ ਅੱਧੀ ਉਹ ਸ਼ੋਅ ਦੀ ਮਰ ਜਾਂਦੀ ਆ ਹਾਂ ਲਾਈਫ ਘਟਾ ਦਿੰਦੇ ਲਾਈਫ ਘਟਾ ਦਿੰਦੇ ਆ ਫਿਰ ਉਹਨੂੰ ਪਾਵਰ ਸਟੀਅਰਿੰਗ ਵੀ ਕਰਤਾ ਪਾਵਰ ਹਾਂਜੀ ਪਾਵਰ ਕੀਤਾ ਆ ਫਿਰ ਇਹ ਕਿਹਨੇ ਕੀਤਾ ਇਹ ਆਪਣੇ ਕਾਲੇ ਬਾਈ ਨੇ ਕੀਤਾ ਇਹ ਕਾਲੇ ਬਾਈ ਨੇ ਕੀਤਾ ਫਿਰ ਇਹਦਾ ਕਿੰਨਾ ਖਰਚਾ ਆਉਂਦਾ ਹੋਊ ਬਾਈ ਕੋਲੇ ਇਹ ਮੇਰੇ ਹਿਸਾਬ ਨਾਲ 50-60,000 ਦੇ ਲਾਗੇ ਚੱਲ ਜਾਂਦਾ ਜੀ 50-60,000 ਇਹ ਚੱਲ ਜਾਂਦਾ ਆ ਨਾ ਇਹਦੀ ਵੀ ਕਿੱਟ ਕੁੱਟ ਜੀ ਆਉਂਦੀ ਹੋਣੀ ਆ ਕੰਪਲੀਟ ਆਉਂਦੀ ਆ ਐਨ ਓਰੀਜਨਲ ਆ ਆਹ ਦੇਖ ਲਓ ਨਵੇਂ ਮਾਡਲ 'ਚ ਆਉਂਦੇ ਆ ਨਹੀਂ ਤਾਂ ਇੱਕ ਸਾਈਡ ਨਾਲੀਆਂ ਕੱਢਦੇ ਆ ਇਕੱਲੀ ਇਕੱਲੀ ਸਾਈਡ ਆ ਯਾਰ ਜਿੱਦਾਂ ਹੁਣ ਮੰਨ ਲਓ ਕੋਈ ਤੁਹਾਡੇ ਘਰੇ ਆਉਂਦਾ ਆ ਤੁਸੀਂ ਇਹ ਕਹਿਣਾ ਯਾਰ ਇਹ ਸਾਡਾ ਉਹ ਵਾਲਾ ਫੋੜ ਆ ਹੁਣ ਜੇ ਇੱਥੇ ਕੱਢ ਕੇ ਉਹ ਕਹੂਗਾ ਯਾਰ ਆਉਂਦੇ ਫਾਰਮ ਟਰੈਕ ਲਿਖਿਆ ਬੈਠੋ ਇੱਕ ਹੋਰ ਇਹ ਮੈਸਤਰੀ ਵੀ ਮੈਂ ਤਿੰਨਾਂ ਤੋਂ ਤਿਆਰ ਹੋਇਆ ਆ ਅੱਛਾ ਤਿੰਨ ਮਿਸਤਰੀ ਲੱਗ ਗਏ ਟਰੈਕਟਰ ਨੂੰ ਤੱਕ ਇਹ ਕਿਹੜੇ ਸਾਲ ਤੋਂ ਸ਼ੁਰੂ ਕਰਤਾ ਬਈ ਆਹ ਵਾਲਾ ਕੰਮ ਇਹਦਾ 2 ਸਾਲਾਂ 'ਚ ਠਾਠਾ ਕਰਾਈ ਆ ਪੂਰੀ 2 ਸਾਲ ਦੇ ਵਿੱਚ ਤਾਂ ਇੱਕ ਪਵਨ ਆਇਆ ਪਵਨੇ ਨੇ ਕੀਤਾ ਵਿੱਚ ਉਹਦਾ ਇੰਜਣ ਦਾ ਕੰਮ ਕੀਤਾ ਜੀ ਉਦੋਂ ਨਾ ਮੁੜ ਕੇ ਬਾਹਰ ਅਸੀਂ ਆਪ ਕੀਤਾ ਆ ਅੱਛਾ ਫਿਰ ਉਹ ਵੀ ਕਰ ਲਿਆ ਫਿਰ ਇੰਜਣ ਬਦਲੀ ਕਰ ਲਿਆ ਮੰਨ ਲਓ ਜੇ ਕਿਸੇ ਨੇ ਆਪਦਾ ਫੋੜ ਤਿਆਰ ਕਰਾਉਣਾ ਪਹਿਲਾਂ ਉਹਨੂੰ ਕਰਨਾ ਕੀ ਪੈਣਾ ਜੇ ਆਹ ਕੁਛ ਤੁਹਾਨੂੰ ਬੋਲੋ ਦਾਦੇ ਇੰਜਣ ਦਾ ਖਰਚਾ ਨਵਾਂ ਬੰਨਣ ਦਾ ਘੱਟੋ ਘੱਟ 60,000 ਰੁਪਈਆ 60,000 ਰੁਪਈਆ ਉਹ ਹਾਂਜੀ ਇਹ ਵਿੱਚ ਇੰਜਣ ਦੇ ਕੇ ਅਸੀਂ 60,000 ਦਾ ਇੰਜਣ ਲਿਆ ਅੱਛਾ ਉਹ ਵਿੱਚ ਦੇ ਕੇ 60,000 ਦਾ ਲਿਆ ਹਾਂ 80,000 ਦਾ ਸੀ ਬਾਕੀ ਉਹ ਵਿੱਚ ਚਲ ਗਿਆ ਪਾਟਾ ਇੰਜਣ ਅੱਛਾ ਉਹ ਪਾਟ ਗਿਆ ਸੀਗਾ ਉਹ ਉਦਾਂ ਵੀ ਹੋਲ ਚੰਗਾ ਵੱਡਾ ਕੱਢਿਆ ਸੀ ਆ ਬੈਂਟਰਾ ਵੱਡਾ ਰੱਖਣਾ ਪਿਆ ਬਕਸਿਆਂ ਕਰਕੇ ਅੱਛਾ ਸੱਚ ਬਾਈ ਨੇ ਇੱਥੇ ਜਿੰਨਾ ਕੁ ਖਰਚਾ ਇੱਥੇ ਕੁ ਕਰ ਰੱਖਿਆ ਮੈਂ ਕਿਹਾ ਤੁਸੀਂ ਨਿੱਕੀ ਨਿੱਕੀ ਜੀ ਦੇ ਜਾਓ ਬਹੁਤ ਖਰਚਾ ਆਹ ਦੇਖੋ ਰੋਕਟ ਲਾਂਚਰ ਜਿੱਦਾਂ ਕਰਨੇ ਹੁੰਦੇ ਆ ਅੱਛਾ ਆਹ ਵੀ ਲਾ ਰੱਖੇ ਨੇ ਹੈ ਪੂਰੇ ਇਹਨੂੰ ਹਾਂ ਜਦੋਂ ਇੰਜਣ ਤੋਂ ਪਿੱਛੇ ਆ ਜਾਂਦਾ ਫਿਰ ਇਹਦਾ ਕੀ ਬਦਲੀ ਕਰਤਾ ਫਿਰ ਇੰਜਣ ਤੋਂ ਪਿੱਛੇ ਗੇਅਰ ਆ ਗਿਆ ਇਹ ਆਪਣਾ ਉਹੀ ਗੱਲ ਹੈ ਵੀ 120-130 ਦੇ ਜਾਂਦਾ ਆ ਇਹ ਜਾਂਦਾ ਜਾਂਦਾ ਇਹ ਜਾਂਦਾ ਠੋਕ ਕੇ ਜਾਂਦਾ ਨਾਲੇ ਅੱਛਾ ਹਾਂ ਤੇ ਦੂਜਾ ਹੁਣ ਜਿਹੜਾ ਬਕਸੇ ਲੱਗੇ ਆ 100 ਤੇ ਰੁਕ ਜਾਂਦਾ ਆ ਜਦੋਂ ਉੱਪਰੋਂ ਸਮਾਨ ਲਾ ਦਾ ਨੇ ਤੁਹਾਨੂੰ ਪਤਾ ਹਵਾ ਨਾਲ ਰੁਕਦੀ ਹੈ ਚੀਜ਼ ਹਾਂ ਗਪੌੜ ਮਾਰਨ ਵਾਲਿਆਂ ਨੇ ਕਹਿਣਾ ਸਾਡੇ ਆ ਜਾਂਦਾ ਫਲਾਨਾ ਹੁਣ ਅਗਲ ਵਾਲੀ ਗੱਲ ਹੈ ਵੀ ਇੰਨੇ ਨੇ ਹਵਾ ਰੋਕਣੀ ਹੈ ਹਾਂ ਬਿਲਕੁਲ ਉਹ ਐਰੋਡਾਇਨਾਮਿਕ ਬਣਦਾ ਵਾਹ 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 ਹੌਲੀ ਹੌਲੀ ਉਹ ਦੇਖੋ ਉਹ ਵੀ ਲਾਇਆ ਮਗਰ ਸਪੋਇਲਰ ਆ ਸਪੈਲਰ ਠੀਕ ਆ ਉਹ ਲਾਦਾ ਫਿਰ ਇੱਕ ਆਹ ਚੀਜ਼ ਕਰਦਾ ਫਿਰ ਜਦੋਂ ਮਗਰਲੇ ਹਿੱਸੇ ਦੇ ਆ ਗਏ ਮਗਰਲੇ ਹਿੱਸੇ ਦੇ ਆ ਗਏ ਇਹਦੀਆਂ ਬ੍ਰੇਕਾਂ ਤੇਲ 'ਚ ਕੀਤੀਆਂ ਆ ਅੱਛਾ ਹਾਂਜੀ ਆਹ ਮਰਗਾਰਡ ਨਵੇਂ ਮਾਡਲ ਵਾਲੇ ਪਾਏ ਆ ਤੇ ਫਿਰ ਆਪਣੇ ਇਹਦੇ ਮੈਕ ਹੁਣ ਲਾਇਆ ਤੁਹਾਨੂੰ ਸ਼ੋਰਟ 'ਚ ਦਿਖਾਵਾਂਗੇ ਉਹ ਮੈਕ ਵੀ ਉਹ ਵੀ ਡਿਜ਼ਾਈਨ ਵਾਲੇ ਪਾ ਰੱਖੇ ਨੇ ਹਾਂਜੀ ਹਾਂਜੀ ਉਹ ਅਸੀਂ ਪੁੱਛਿਆ ਸੀਗਾ ਘੱਟੋ ਘੱਟ ਜਿਹਨੂੰ ਵੀ ਪੁੱਛੀਏ 60-70,000 ਇੱਦਾਂ ਖਰਚਾ ਕਹਿੰਦੇ ਸੀ ਹੁਣ ਉਹਨੂੰ ਨਿਕਲ ਕਰਨੇ ਦਿੱਤੇ ਆ ਪੱਲੋ ਕਾਲੇ ਸੀਗੇ ਸਾਰਾ ਕੁਛ ਤਾਂ ਬਾਈ ਬਦਲੀ ਕਰਤਾ ਚ ਫੋੜ ਤਾਂ ਰਹਿ ਗਿਆ ਫਿਰ ਹੈ ਫੋੜ ਦਾ ਬਹੁਤ ਕੁਛ ਰਹਿ ਗਿਆ ਤਾਂ ਸਾਰਾ ਕੁਛ ਤਾਂ ਬਦਲੀ ਕੀੜਾ ਰਹਿ ਗਿਆ ਨਾ ਕਹਿੰਦੇ ਨੇ ਪੁਰਾਣੇ ਟ੍ਰੈਕਟਰ ਨੂੰ ਨਵਾਂ ਕਰਨ ਨੂੰ ਬਹੁਤ ਪੈਸਾ ਲੱਗਦਾ ਹਾਂ ਉਹ ਵਾਲੀ ਚੀਜ਼ ਆ ਇਹ ਤਾਂ ਹੌਲੀ ਹੌਲੀ ਅੰਗ ਪੈਰ ਸਾਰੇ ਬਦਲਦੇ ਬਾਈ ਬੜਾ ਨਹੀਂ ਆ ਵੀ ਤੁਹਾਨੂੰ ਇੱਕ ਬਾਈ ਗੱਲ ਦੱਸਣੀ ਸੀ ਇਹ ਉਹ ਆਪਣੇ ਜਿਹੜੇ ਮੈਕ ਪਏ ਆ ਸਾਰੇ 10,000 ਦੇ ਪਏ ਆ ਉਹ ਤਾਂ ਯਾਰ ਮਹਿੰਗੇ ਉਹ ਆਉਂਦੇ ਤਾਂ ਵਾਲੇ ਮਹਿੰਗੇ ਆ 70-80,000 ਦਾ ਦੱਸਿਆ 60-70,000 ਦੇ ਵਿੱਚ ਖਰਚਾ ਦੱਸਿਆ ਜੇ ਆਪਾਂ ਨਾਰਮਲ ਕਿਸੇ ਕੋਲ ਬਣਵਾਉਣ ਜਾਂਦੇ ਆ ਜਿਹਨੂੰ ਮਰਜ਼ੀ ਪੁੱਛ ਲਿਓ ਹੈ ਉਹ ਵੀ ਕੀ ਉਹ ਸਕਰੀਨ ਤੇ ਲਾ ਦੇ ਉਹ ਜਿਹੜੇ ਘੁੰਮਦੇ ਜੇ ਨੇ ਮੈਕ ਹੈ ਨਹੀਂ ਘੁੰਮਣ ਵਾਲੇ ਨਹੀਂ ਜੇ ਮਤਲਬ ਕਿ ਟਾਇਰ ਘੁੰਮਦਾ ਉਹ ਅਲਾਈ ਕੀਤੀ ਹੋਈ ਆ ਅਲਾਈ ਵੀਲ ਬਣਾਤਾ ਪੂਰਾ ਬਣਾਇਆ ਫੇ ਇਦਾਂ ਟਰਾਲੀ ਟੁਲੀ ਸਭ ਕੁਝ ਲੈ ਕੇ ਜਾਂਦੇ ਉਹਨਾਂ ਮਿੱਟੀ ਵੀ ਆ ਬੰਨ ਤੇ ਲੈ ਕੇ ਗਏ ਆ ਉਹਨਾਂ ਉਹਨਾਂ ਰਿਮਾਂ ਦੇ ਨਾਲ ਇਹ ਨਾਲ ਜਿਹੜੇ ਮੋਟੇ ਆ ਰਿਮ ਅੱਛਾ ਹਾਂਜੀ ਉਹ ਜਲੰਧਰੋਂ ਆਪਣੇ ਦੇਵੀ ਤਲਾ ਦੇ ਲੱਗੇ ਆ ਕੀ ਨਾਂ ਆ ਕਟਿੰਗ ਵਾਲੇ ਆ ਅੱਛਾ ਉਹਨਾਂ ਤੋਂ ਕਰਾਈਏ ਲੇਜ਼ਰ ਕਟਿੰਗ ਐਂ ਕਰੋ ਜੇ ਕਿਸੇ ਨੇ ਪੁੱਛਣਾ ਹੋਵੇ ਇੰਸਟਾਗ੍ਰਾਮ ਬਾਈ ਹੋਣਾ ਦਾ ਇੱਥੇ ਕਿੱਥੇ ਦਿੱਤਾ ਜੱਟਾ ਤੇ
ਉੱਥੇ ਗੱਲ ਕਰ ਲਿਓ ਬਾਈ ਹੁਣ ਨਾ ਤੇ ਤੁਹਾਨੂੰ ਉਹਨਾਂ ਦਾ ਐਡਰੈਸ ਵੀ ਦੇ ਦੇਣਗੇ ਹੈ ਤੇ ਬਾਈ ਫਿਰ ਫੋੜ ਦਾ ਕੁਝ ਪੁਰਜਾ ਪੁਰਜਾ ਰਹਿ ਗਿਆ ਕਿ ਨਹੀਂ ਨਹੀਂ ਫੋੜ ਦਾ ਰਹਿ ਗਈ ਗਬਲੀ ਹਾਂਡੀ ਬਾਰ 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 ਫੋੜ ਦੀ ਹਾਂਡੀ ਆ ਪਤਾ ਲੱਗਦਾ ਬਾਈ ਉਹਨਾਂ ਨੇ ਇਹ ਬੰਦੇ ਨੂੰ ਇਹ ਕਿਹਾ ਸੀਗਾ ਹੁਣ ਤਾਂ ਦੱਸਦੇ ਆ ਤੇ ਟ੍ਰੈਕਟਰ ਦੇ ਮਸਾਂ ਨਾਲ 9-10 ਲੱਖ ਦੇ ਲੱਗੇ ਲੱਗ ਗਿਆ ਨਾ ਤੇ ਹੁਣ ਹਾਂ ਤੇ ਲੋਕਾਂ ਨੇ ਇਹ ਗੱਲ ਕਰਨੀ ਇਹਨੇ ਦਾ ਨਵਾਂ ਆ ਜਾਣਾ ਨਵੇਂ ਨੇ ਆ ਰਹੀ ਸੀ ਜ਼ਿੰਦਗੀ 'ਚ ਨਹੀਂ ਕਰਨੀ ਹਾਂ ਇਹ ਤਾਂ ਹੈ ਜੇ ਨਵਾਂ ਲੈ ਕੇ ਇਹਦੇ ਵਰਗਾ ਬਣਾਉਣਾ ਹੋਵੇ ਕਿੰਨੇ ਪੈਸੇ ਲੱਗਣਗੇ ਨਵਾਂ ਲੈ ਕੇ ਨਹੀਂ ਬਣਨਾ ਭਾਜੀ ਹਾਂ ਇਹ ਤੇ ਜਿੰਨਾ ਉਹ ਕੀ ਕਹਿੰਦਾ ਦਿਮਾਗ ਲਾਇਆ ਉਹਨਾਂ ਦਾ ਹਾਂ ਕੰਪਨੀਆਂ ਨੇ ਲਾਇਆ ਹੋਣਾ ਆਹਾ ਸਾਰਾ ਇੰਨਾ ਕੁਝ ਇੱਥੇ ਕਰਦਾ ਫਿਰ ਆ ਟਾਇਰ ਵੀ ਬਦਲੀ ਕਰਦੇ ਬਿਲਕੁਲ ਹਾਂ ਫੋਰ ਟ੍ਰੈਕਟਰ ਤਾਂ ਦੱਸਦੇ ਆ ਆ ਜਿਹੜੇ ਲੱਗੇ ਆ ਆਮ ਆਪਣੇ ਹਾਂ 25-30 ਹਜ਼ਾਰ ਰੁਪਇਆ ਲੈਂਦੇ ਆ ਹਾਂ ਉੱਤੇ ਚੱਕਣ ਦਾ ਤੇ ਇਹਦਾ 14,000 ਰੁਪਇਆ ਲੱਗਾ ਇਹ ਬਸ 14,000 ਚ ਮਤਲਬ ਕਿ ਇਹਦਾ ਖਰਚਾ ਵੀ ਦਿਮਾਗ ਨਾਲ ਬਹੁਤ ਘੱਟ ਖਰਚਾ ਕੀਤਾ ਜਿੰਨਾ ਕਿ ਜਾਨੀ ਅਸੀਂ ਸਾਰਾ ਟ੍ਰੈਕਟਰ ਤੇ ਲਾਇਆ ਤੇ ਘੱਟੋ ਘੱਟ ਨਹੀਂ ਇਹ 5 ਗੁਣਾ ਪੈਸੇ ਬਚਾਏ ਹੋਣਗੇ ਅੱਛਾ ਕਿ ਮੈਂ ਸ਼ੌਂਕ ਪੂਰਾ ਕਰ ਲਿਆ ਪਰ ਪਤਾ ਹੋਵੇ ਕਿ ਕਿਹੜੀ ਚੀਜ਼ ਕਿੱਥੋਂ ਹੋਣੀ ਆ ਫਿਰ ਆ ਬਾਈ ਨੇ ਸਪੀਕਰ ਸਪੂਕਰ ਤਾਂ ਬਾਹਲੇ ਤਕੜੇ ਲਾ ਰੱਖੇ ਇਹ ਗੱਡੀ ਵਾਲਾ ਪੂਰੀ ਲਗਜ਼ਰੀ ਬਣਾਈ ਆ ਅੱਧਾ ਕੁ ਸਮਾਨ ਉਹ ਬੰਨ ਤੇ ਟੁੱਟ ਟੁੱਟ ਗਿਆ ਅੱਛੀ ਬਾ ਕਰਦੇ ਆ ਸੇਵੇ ਕਰਦੇ ਆ ਉਹ ਮਗਰੋਂ ਵੀ ਟੁੱਟ ਗਈਆਂ ਤੁਹਾਨੂੰ ਫੋਟੋਆਂ ਪੁਰਾਣੀਆਂ ਆਪਾਂ ਵਿੱਚ ਐਡ ਕਰ ਲਾਂਗੇ ਆਹਾਂ ਆਓ ਐਲਸੀਡੀ ਵੀ ਭੰਨ ਲਈ ਆ ਮਗਰੋਂ ਅੱਛਾ ਮੂਰੇ ਵੀ ਐਲਸੀਡੀ ਲਾਈ ਉਹ ਪਿੱਛੇ ਵੀ ਪਿੱਛੇ ਐਲਸੀਡੀ ਵੀ ਲਾਈ ਆ ਅੱਛਾ ਸਪੀਕਰ ਸਪੂਕਰ ਲਾ ਰੱਖੇ ਨੇ 1 2 3 4 5 6 7 8 9 ਇਹਨਾਂ ਦੀ ਭਾਈ ਸਾਊਂਡ ਕੁਆਲਿਟੀ ਬਹੁਤ ਆ ਇੱਕ ਇਹ ਹੁੰਦਾ ਨਾ ਅਣਗੜਤ ਜੇ ਕੋਈ ਉੱਥੇ ਲਾਤਾ ਉੱਥੇ ਲਾਦਾ ਗਿਣਤੀ ਨਹੀਂ ਵਧਾਈ ਅੱਛਾ ਆਵਾਜ਼ ਸਾਊਂਡ ਤੁਸੀਂ ਦੇਖਿਓ ਬਹੁਤ ਵਧੀਆ ਸਾਊਂਡ ਹੈ ਇਹਦੀ ਫੇ ਭਾਈ ਉਹ ਸਪੀਕਰ ਤਾਂ ਗੱਡੀਆਂ ਵਾਲੇ ਲਾ ਰੱਖੇ ਨੇ ਹੈ ਇਹ ਆਪ ਨੂੰ ਫੇ ਜਦੋਂ ਖਿੱਚਦੇ ਆ ਪੂਰਾ ਸਪੀਡ ਦੇ ਹਵਾ ਨਾਲ ਆਵਾਜ਼ ਪਿੱਛੇ ਰਹਿੰਦੀ ਹੈ ਮੂਰੇ ਸੁਣਨ ਦਾ ਕੱਖ ਨਹੀਂ ਅੱਛਾ ਉਹਦੇ ਕਰਕੇ ਉਹ ਮੀਟਰ ਤੇ ਵੀ ਲਾਏ ਆ ਕਲੈਰਿਟੀ ਬਣਾਈ ਆ ਪੂਰੀ ਜਟਾ ਉਹ ਦੇਖੋ ਮੂਰੇ ਮੀਟਰ ਦੇ ਉੱਤੇ ਵੀ ਲਾ ਰੱਖਿਆ ਜਦ ਅੱਜ ਕੱਲ ਉਹ ਜਾਮਾ ਹਾ ਦਾ ਸਪੀਕਰ ਲੱਗਦੇ ਆ ਵਾਹ 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 ਅੱਛਾ ਉਹ ਇੱਕ ਇਹਦੇ ਆਪਣਾ ਇਧਰੋਂ ਸਲਾਂਸਰ ਵੀ ਆ ਉਹ ਨਵੇਂ ਮਾਡਲ ਦੇ ਕਰਕੇ ਬਾਹਰ ਆ ਅੱਛਾ ਇਹ ਇੰਜਨ ਨੂੰ ਆਉਂਦਾ ਹੀ ਸੀਗਾ ਉਹ ਯਾਰ ਇਹ ਵੀ ਪਟਾਕੇ ਜੇ ਮਾਰਦਾ ਜਿਵੇਂ ਬਾਕੀ ਮਾਰਦੇ ਹੋਰ ਆ ਭਾਜੀ ਸ਼ੁਰੂ ਤੋਂ ਆ ਅੱਛਾ ਉਹ ਤੁਹਾਡੇ ਉਹ ਟ੍ਰੇਡਮਾਰਕ ਜੇ ਹੈਗਾ ਕਿ ਉਹ ਸਾਰੇ ਲਾਟ ਜੇ ਛੱਡਦੇ ਆ ਆਹਾ ਇੱਕ ਹੋਰ ਚੀਜ਼ ਆ ਉਹਦੀ ਤਾਰ ਆ ਰੇਸ ਵਾਲੀ ਤਾਰ ਟੁੱਟੀ ਉਹਦਾ ਇੱਕ ਹੱਥ ਵਾਲੀ ਰੇਸ ਆ ਵੀ ਹੈ ਇਹਦੀ ਇਹ ਰੇਸ ਬਣਾਤੀ ਉਹ ਇਹ ਰੇਸ ਆ ਅੱਛਾ ਹਾਂਜੀ ਇਹ ਵੀ ਆਪ ਜਗੜ ਇਹ ਕਿਹੜੇ ਕਾਲੇ ਬਾਈ ਦਾ ਕੰਮ ਨਹੀਂ ਇਹ ਆਪਣਾ ਹੀ ਹੈ ਭਾਈ ਅੱਛਾ ਇਹ ਵੀ ਤੁਸੀਂ ਆਪ ਕਰਦੇ ਰਹੇ ਜੌਂਡੀਅਰ ਦੀ ਲਾਈ ਆ ਬਾਈ ਹੁਣ ਤਾਂ ਯਾਰ ਇਹ ਉਹ ਵਾਲੇ ਬੰਦੇ ਬਣ ਗਏ ਸਾਡੇ ਹੋਲੀ ਕਾਲੇ ਟ੍ਰੇਨਡ ਕਰਤੇ ਆ ਹੋਰ ਇੰਨੇ ਕਿ ਟ੍ਰੇਨਡ ਹੋ ਗਏ ਨੇ ਹੁਣ ਬਾਈ ਹਰਿਆਣੇ ਤੋਂ ਪੰਜਾਬ ਦੇ ਜਿੰਨੇ ਕਿ ਬੰਦੇ ਨੇ ਮੋਡੀਫਿਕੇਸ਼ਨ ਕਰਨੀ ਹੁੰਦੀ ਆ ਇਸ ਪਿੰਡ ਆਉਂਦੇ ਨੇ ਸਪੈਸ਼ਲੀ ਪੁੱਛ ਲੈ ਕਿ ਬਾਈ ਇਹ ਆਪਦੇ ਟ੍ਰੈਕਟਰ ਦੀ ਸਪਰਿੰਗ ਪਵਾਉਣਾ ਹੈ ਆਪਦਾ ਰਾਈਟਰ ਮੋਡੀਫਾਈ ਕਰਨਾ ਹੈ ਤੇ ਕਿਸ ਨੇ ਆ ਚੀਜ਼ਾਂ ਕਰਨੀਆਂ ਵੀ ਬਾਈ ਦੀ ਸਲਾਹ ਜ਼ਰੂਰ ਲੈ ਰਿਆ ਕਰੋ ਹੈ ਇੰਨਾ ਵੀ ਰੇਟ ਅਸੀਂ ਬਹੁਤ ਜਾਇਜ਼ ਕਰਾਈਦਾ ਆ ਯਾਰ ਜਿਹੜਾ ਆਪਾਂ ਜਿਹੜਾ ਕੰਮ ਕਰਾਉਨੇ ਆ ਮੰਨ ਲਓ ਸਪਰਿੰਗ ਪਵਾਉਣਾ ਹੈ ਉਹਦਾ ਕਿੰਨਾ ਕੁ ਖਰਚਾ ਆਉਂਦਾ ਹੋਊਗਾ ਉਹਦਾ ਲਾ ਲਓ ਵੀ 3500 ਤੋਂ 4000 ਦੇ ਵਿੱਚ ਆ ਜਾਂਦਾ ਤੇ ਜੋ ਬਾਹਰ ਜਿਹੜੇ ਨਵੇਂ ਸ਼ੁਰੂ ਕਰਦੇ ਨੇ ਪਾਉਣੇ ਉਹ ਕਿੰਨਾ ਕੁ ਲੈਂਦੇ ਨੇ ਉਹ ਫੇਰ ਦੁਬਾਰਾ ਕਾਲੇ ਤੋਂ ਹੀ ਆਉਂਦੇ ਨੇ ਪੈਸੇ ਦੀ ਗੱਲ ਮੁੱਕ ਗਈ ਉੱਥੇ ਹਾਂ ਤੇ ਆ ਸਿਸਟਮ ਸਪਰਿੰਗ ਦਾ ਮਸਲਾ ਇਹ ਆ ਨਾ ਭਾਈ ਉਹਦੀ ਟਾਈਮਿੰਗ ਸੈੱਟ ਕਰਨੀ ਬਹੁਤ ਔਖੀ ਆ ਆਹਾਂ ਦਿਮਾਗ ਦਾ ਬਹੁਤ ਖੱਜਲਾ ਕੰਮ ਨਹੀਂ ਤਾਂ ਟ੍ਰੈਕਟਰ ਨੂੰ ਕੀ ਖੱਜਲ ਕਰਦੇ ਫਿਰ ਉਹ ਟ੍ਰੈਕਟਰ ਨੂੰ ਤੁਸੀਂ ਤਾਂ ਹਾਲ ਲਾ ਲਓ ਖੜੇ ਰੇਸ ਵਧੀ ਜਾਣੀ ਘਟੀ ਜਾਣੀ ਜਾਂ ਕਈ ਵਾਰੀ ਉਹਨੇ ਵੱਧ ਰੇਸ ਓਵਰ ਰੇਸ ਹੋ ਜਾਣਾ ਹਾਂ ਠੀਕ ਹੈ ਮਾਦਾ ਕਿ ਉਹਦੇ ਲਈ ਵੀ ਬੰਦਾ ਇੰਜੀਨੀਅਰ ਚਾਹੀਦਾ ਵੀ ਚਾਹੀਦਾ ਯਾਰ ਸਿਸਟਮ ਦੇ ਕਿੰਨੇ ਕ ਪੈਸੇ ਲਾਤੇ ਫਿਰ ਬਾਈ ਨੇ ਸਿਸਟਮ ਦੇ ਸ਼ੌਂਕੀ ਨੂੰ ਪਤਾ ਹੋ ਹਿਸਾਬ ਇਹ ਉਹਦਾ ਕਰਕੇ ਆਇਆ ਕਿ ਆਪਣੇ ਐਚਐਸ ਵਾਲੇ ਤੋਂ ਲਵਾਏ ਆ ਕਰਤਾਰਪੁਰ ਹੈ ਹਾਂਜੀ ਹਾਂ ਕਿੰਨੇ ਕ ਕਰਤੇ ਇੱਥੇ ਸਿਸਟਮ ਵਾਲਾ ਸਾਡਾ ਸ਼ੌਂਕੀ ਆ ਇਕੱਲੇ ਇਕੱਲੇ ਦਾ ਰੇਟ ਪੁੱਛ ਲਓ ਅੱਛਾ ਹਾਂ ਸ਼ੁਰੂ ਤੋਂ ਲਾ ਕੇ ਲਈਏ ਹੁਣ ਤਾਂ ਹੀ ਭਾਜੀ ਇਹਦਾ 4 ਕ ਦੇ ਕਰੀਬ ਚੱਲ ਗਿਆ ਆ 4 ਲੱਖ ਰੁਪਏ ਇੱਥੇ ਲਾਤਾ ਇੱਥੇ ਨਹੀਂ ਭਾਜੀ ਇਹਦੇ ਲੁੱਕ ਕਈ ਕੁਛ ਬਦਲ ਹਟੇ ਆ ਅੱਛਾ ਬਦਲ ਕੀ ਹਾਂਜੀ ਅੱਛਾ ਤੁਹਾਨੂੰ ਇਹ ਦੋਹਾਂ ਸਾਲਾਂ 'ਚ ਮੇਰੇ ਹਿਸਾਬ ਨਾਲ 12 ਲੁੱਕਾਂ ਬਦਲਤੀਆਂ ਹੋਣੀਆਂ ਇਹਦੀਆਂ ਅੱਛਾ ਮੈਂ ਇਹ ਉਦੋਂ ਲੈ ਕੇ ਹੁਣ ਤੱਕ 4 ਲੱਖ ਰੁਪਏ ਲਾਤਾ ਹਾਂ ਨਹੀਂ ਤਾਂ ਯਾਰ ਇੱਥੇ 4 ਲੱਖ ਰੁਪਏ ਕਿਸੇ ਨੇ ਦੇਖ ਕੇ ਕਿਹੜਾ ਦੇਖਣ ਨੂੰ ਤਾਂ ਲੱਗਦਾ ਕਿ ਲੱਗੇ ਆਇਆ ਨਹੀਂ ਉਦਾਂ ਤਾਂ ਦੱਸੀ ਆ ਉਹੀ ਗੱਲ ਜੀ ਹੋਰ ਕਿਤੇ ਕਰਾਉਂਗੇ ਤਾਂ ਬਥੇਰੇ ਲੱਗ ਜਾਣੇ ਜੇ ਇੰਨਾ ਕਿ ਕਿਸੇ ਨੇ ਪੈਸੇ ਕਰਾਉਣਾ 2 ਲੱਖ ਰੁਪਏ ਲੱਗ ਜਾਣਾ ਬੜੇ ਆਰਾਮ ਨਾਲ ਲੱਗਣਾ ਪਿੱਛੇ ਸਕਰੀਨ ਵੀ ਲਾਈ ਉਹ ਕੈਮਰਾ ਵੀ ਲਾਇਆ ਬੈਕ ਕਰਨ ਉਹ ਕੈਮਰਾ ਵੀ ਲਾਇਆ ਪਿੱਛੇ ਸਕਰੀਨ ਲਾਈ ਉਹ ਕਾ ਇੱਥੇ ਬਹਿ ਕੇ ਬੰਦਾ ਦੇਖ ਲੇ ਤਾਂ ਦੇਖ ਲੈਂਦਾ ਹੁਣ ਇਹਦਾ ਵੀ ਅਜੇ ਕੰਮ ਰਹਿੰਦਾ ਹੈ ਟਰਾਲੀ ਦਾ ਥੋੜਾ ਬੰਨ ਦੀ ਸੇਵਾ ਕਰਕੇ ਨਾ ਕੰਮ ਵਿੱਚੇ ਕਈ ਰਹਿ ਗਏ ਸਾਡੇ ਹੁਣ ਵੀ ਟਰਾਲੀ ਤੇ ਆ ਜਾਂਦੇ ਬਾਈ ਆਪਾਂ ਹੈ ਇਹ ਬਣੀ ਕਿਹਨਾਂ ਦੀ ਆ ਇਹ ਅੱਧੀ ਬਲਾਹੇ ਦੀ ਅੱਧੀ ਸਾਡੀ ਆ ਆਹਾ ਅੱਛਾ ਮੈਂ ਆਪਦਾ ਵੀ ਇੰਜੀਨੀਅਰਿੰਗ ਵਿੱਚ ਲਾਈ ਹੋਆ ਤੁਸੀਂ ਬਿਲਕੁਲ ਇੱਕ ਯਾਰ ਤੁਹਾਡੀ ਉਹ ਵਾਲੀ ਇਹ ਇਹਦਾ ਵੀ ਤੁਹਾਨੂੰ ਦੱਸਦੇ ਹਿਟਰੀ ਸਰਾਈ ਆ ਹੁਣ ਜਦਾਂ ਉਹ 11 ਨੰਬਰ ਟਾਇਰ ਪਾਏ ਆ ਹਾਂ ਤੇ ਉਦੋਂ ਆਹ ਟਾਇਰ ਵਿਹਲੇ ਪਏ ਸੀਗੇ ਇਹਦੇ ਵਾਲੇ ਅੱਛਾ ਉੱਤੇ ਦੂਜੀ ਜੋੜੀ ਵੀ ਵਿਹਲੀ ਸੀਗੀ ਉਹਦੇ ਚੱਕਰਾਂ 'ਚ 1 ਲੱਖ ਰੁਪਇਆ ਲਾ ਲਿਆ ਅੱਛਾ ਮੈਂ ਟਾਇਰ ਪਾਇਆ ਸੀਗੇ ਆਹੋ ਟਾਇਰ ਕਿੰਨੇ ਦੇ ਹੋਣਗੇ ਟਾਇਰ ਮੇਰੇ ਹਿਸਾਬ ਨਾਲ 25,000 ਦੀ ਜੋੜੀ ਆ ਚੱਲਦੇ ਜੇ ਵੇਚਣੀ ਆ 50,000 ਦੇ ਟਾਇਰ 50% ਅਮਾਉਂਟ ਆਪਣੇ ਕੋਲੇ ਪਈ ਸੀਗੀ ਵਾਧੂ ਵਿਆਹ ਬਾਕੀ ਆਪਾਂ ਉਹ ਕਰਤਾ ਹੈ ਕਿ ਟਾਇਰ ਪੈਸੀ ਟਰਾਲੀ ਬਣਾ ਲਓ ਟਰਾਲੀ
ਪੱਲੋ ਗਿਆ ਸਿੰਗਲ ਤੁਰਾ ਬਣਾਉਣ ਉਹਦੇ ਨਾਲ ਦੀ ਟਰਾਲੀ ਹੈਗੀ ਛੋਟੀ ਆਹ ਦੇਖੋ ਇਹਦਾ ਪੰਗਾ ਇਹ ਰਹਿੰਦਾ ਜਦੋਂ ਉਪਲੀ ਹੁੱਕ ਚ ਪਾਉਂਦੇ ਟਾਇਰ ਏਦਾਂ ਟੰਗਿਆ ਰਹਿੰਦਾ ਉਹ ਆਪਣੇ ਐਡਜਸਟਮੈਂਟ ਦਿੱਤੇ ਜਿਹੜਾ ਦੂਜੀ ਟਰਾਲੀ ਨੂੰ ਆ ਇਹਨੂੰ ਕਹਿੰਦੇ ਕੀ ਆ ਜਿਹੜਾ ਇਹ ਚੀਜ਼ ਬਣਾਏ ਆ ਤੁਰੇ ਜੇ ਇਹ ਝੂਲਾ ਕਹਿੰਦੇ ਸਾਡੇ ਹਿਸਾਬ ਨਾਲ ਸਵਿੰਗ ਵਾਲਾ ਹੈ ਇਹ ਉਹ ਆ ਇਹਦਾ ਇਹ ਡਰ ਤਾਂ ਨੀ ਹੁੰਦਾ ਕਿ ਜੇ ਜ਼ਿਆਦਾ ਲੋਡ ਪੈ ਗਿਆ ਨਹੀਂ ਬਾਈ ਮਿੱਟੀ ਦਾ ਕਹਿਣ ਲੱਦੀ ਆ ਇਹਦੇ ਨਾਲ ਉੱਥੇ ਨੇ ਬੰਨ ਤੇ ਨਹੀਂ ਪਿੰਡ ਜੀ ਜੁਗਾੜ ਜਿਹਾ ਲਾਉਣਾ ਆ ਓਦਾਂ ਇਸ ਕਰਕੇ ਲੰਬੀ ਰੱਖੀ ਥੋੜੀ ਜੇ ਕੱਲ ਨੂੰ ਆਹ ਚਰਸੀ ਪੱਟ ਕੇ ਉਹਦੇ ਨਾਲ ਦੀ ਬਣਾਉਣੀ ਆ ਉਸ ਹਿਸਾਬ ਨਾਲ ਲੰਬੀ ਰੱਖੀ ਆ ਅੱਛਾ ਪਰ ਟਾਈਮ ਨਹੀਂ ਮਿਲਿਆ ਨੇਰੇ ਇਹਦੇ ਉੱਤੇ ਵੀ ਇੱਕ ਜਗਾੜ ਲਾਉਣਾ ਆ ਥੋੜਾ ਸਰਪ੍ਰਾਈਜ਼ ਆ ਜਿੱਦਾਂ ਸੋਹਣਾ ਸੁਨੱਖਾ ਹਾਂ ਸੋਹਣਾ ਹਾਂ ਚੀਜ਼ ਵੱਖਰੀ ਹੋਊਗੀ ਹਾਂ ਤੇ ਬਈ ਇਹ ਟਰਾਲੀ ਜਿਵੇਂ ਆਪਾਂ ਤਾਂ ਕਹਿੰਦੇ ਸਾਡੇ ਕੋਲ ਚਲੋ ਜੋੜੀ ਪਈ ਸੀ ਟਾਇਰਾਂ ਦੀ ਹਾਂ ਦੋ ਟਾਇਰ ਪਏ ਸੀ ਇਕੱਲੇ ਇਹ ਲੱਖ ਰੁਪਇਆ ਲੱਗ ਗਿਆ ਤੇ ਮੰਨ ਲਓ ਕਿਤੇ ਹੋਰ ਬੰਦੇ ਨੇ ਬਣਵਾਉਣੀ ਹੋਵੇ ਐਸਟੀਮੇਟ ਕੇ ਯਾਰ ਉਹਦਾ ਵੀ ਲੱਖ ਰੁਪਏ ਲੱਗੂ ਨਹੀਂ ਉਹਦਾ ਚੱਲ ਵੱਧ ਵੀ ਲੱਗ ਸਕਦਾ ਬਾਈ ਸਾਨੂੰ ਥੋੜ੍ਹੀ ਕਿ ਉਹ ਕੀ ਕਹਿੰਦੇ ਹੁੰਦੇ ਆ ਘਰ ਵਾਲੀ ਬਾਤ ਆ ਹਾਂ ਘਰ ਵਾਲੀ ਬਾਤ ਤਾਂ ਕਰਕੇ ਆਹ ਬਜ਼ਰੀਆ ਦੇ ਲੋ ਮੁਫ਼ਤ ਜੀਰਾਂ ਕਰ ਦਿੰਦਾ ਭਾਜੀ ਜਿੰਨੀ ਆਰ ਜਾਂਦੇ ਸਟਿੱਕਰ ਵੀ ਘਰੇ ਪਏ ਆ ਹੁਣ ਤੁਹਾਡੇ ਕੋਲ ਡਬਲ ਧੁਰੇ ਵਾਲੀਆਂ ਟਰਾਲੀਆਂ ਛੋਟੀਆਂ ਤੇ ਵੱਡੀਆਂ ਟੋਟਲ ਕਿੰਨੀਆਂ ਹੋ ਗਈਆਂ ਇਸ ਟਾਈਮ ਟੋਟਲ ਵੱਡੀਆਂ ਹੈਗੀਆਂ ਚਾਰ ਹਾਂ ਤੇ ਛੋਟੀਆਂ ਮੈਂ ਸਾਨੂੰ ਚਾਰ ਹੋਣੀਆਂ ਨਾ ਪਰ ਡਬਲ ਧੁਰੇ ਵਾਲੀਆਂ ਟਰਾਲੀਆਂ ਤੁਹਾਡੇ ਕੋਲ ਅੱਠ ਆਪਦੀਆਂ ਨੇ ਆਪਦੀਆਂ ਕਿ ਜਿਹੜੇ ਵੀ ਸਰਕਲ ਦੀਆਂ ਆਪਦੇ ਸਰਕਲ ਦੀਆਂ ਉਹਨਾਂ ਕਈਆਂ ਨੇ ਇਹ ਕਹਿਣਾ ਕਰੇ ਆਪਣੀਆਂ ਗੱਪਾਂ ਮਾਂਡਿਆ ਆਪਣੀਆਂ ਨਹੀਂ ਸਰਕਲ ਦੀਆਂ ਭਾਈ ਇਹ ਭਰਾਵਾਂ ਸਿਰ ਤੇ ਆ ਤਾਂ ਇਕੱਠੇ ਆ ਬੰਦਾ ਕਹਿ ਸਕਦਾ ਕਿ ਭਾਈ ਇਹ ਸਾਡੀਆਂ ਆ ਹਾਂ ਸਾਡੀਆਂ ਆ ਹਾਂ ਕਿ ਜਿਹੜੇ ਬੰਦੇ ਨੇ ਬਣਵਾਉਣੀ ਆ ਆਹ ਲੋਗੋ ਦਾ ਮੁੱਲ ਆ ਸਾਡਾ ਤਾਂ ਇਹ ਗਿਆ ਇਹਦੇ ਕਰਕੇ ਸਾਰੇ ਚੱਲਦੇ ਨੇ ਭਾਈ ਇਹ ਹੁਣ ਜਿਹੜੇ ਵੀ ਬੰਦੇ ਨੇ ਟਰਾਲੀ ਬਣਵਾਉਣੀ ਆ ਭਾਈ ਹੁਣ ਕਈਆਂ ਨੇ ਵਿੱਚ ਇਹ ਵੀ ਕਹੂਗਾ ਵੀ ਜਿਹੜੀ ਹੈਗੀ ਉਹ ਨਹੀਂ ਬੋਲਦਾ ਜੇ ਕਿਸੇ ਬੰਦੇ ਨੇ ਡਬਲ ਧੁਰੇ ਵਾਲੀ ਟਰਾਲੀ ਬਣਾਉਣੀ ਆ ਭਾਵੇਂ ਸਵਿੰਗ ਵਾਲੀ ਆ ਭਾਵੇਂ ਇੱਦਾਂ ਆ ਭਾਵੇਂ ਵੱਡੀ ਬਣਾਉਣੀ ਆ ਬਈ ਆਹ ਪਿੰਡ ਆ ਜਾਓ ਤੁਹਾਨੂੰ ਸਾਰਾ ਕੁਝ ਦੇਖ ਜਾਣਾ ਆਹ ਦੇਖ ਲਓ ਆਪਣੀ ਵੱਡੀ ਵੀ ਦੇਖ ਲਈ ਆ ਡਬਲ ਧੁਰੇ ਵਾਲੀ ਉਹਦੇ ਜੱਟਾ ਪਿੱਛੇ ਖੜੀ ਇੱਥੇ ਕੋਈ ਨਾ ਕੋਈ ਡਬਲ ਧੁਰੇ ਵਾਲੀ ਉਹ ਖੜੀ ਹੁੰਦੀ ਬਈ ਹਾਂਜੀ ਉਹ ਤੁਹਾਡੀ ਇੱਕ ਟੈਂਕਰ ਜੇ ਵੀ ਖੜਿਆ ਹੁੰਦਾ ਆ ਉਹ ਪਿੰਡ ਵਾਲਾ ਪਾਣੀ ਵਾਲਾ ਟੈਂਕ ਆ ਉਹ ਵੀ ਡਬਲ ਧੁਰਾ ਆ ਹਾਂ ਕਿ ਇਹ ਟ੍ਰੈਂਡ ਵੈਸੇ ਚਲਾਇਆ ਕੀ ਨਹੀਂ ਇਹ ਵਾਲਾ ਇਹ ਭਾਜੀ ਪਲਾਹੇ ਦੀ ਮਿਹਰਬਾਨੀਆਂ ਆ ਅੱਛਾ ਹਰਦੀਪ ਦੀਆਂ ਅੱਛਾ ਆਹੋ ਉਹ ਇਦਾਂ ਕਹਿੰਦਾ ਦਾ ਨਾ ਵੀ ਕੋਈ ਗੱਲ ਨਹੀਂ ਕਰ ਲਾਂਗੇ ਹਾਂ ਇੰਨਾ ਬੰਦਾ ਕਹਿ ਰਿਹਾ ਪੈਸੇ ਤਾਂ ਚਲੋ ਦੇਣੇ ਹੁੰਦੇ ਆ ਜਦੋਂ ਬੰਦਾ ਕਹਿ ਦਿੰਦਾ ਵੀ ਕਰ ਲਾਂਗੇ ਉਹਨਾਂ ਬੰਦੇ ਹੌਸਲਾ ਬਹੁਤ ਪੈ ਜਾਂਦਾ ਵੱਧ ਜਾਂਦਾ ਨਾ ਇਹ ਹੌਸਲੇ ਕਰਕੇ ਤੁਹਾਡੀਆਂ ਤੁਰੀਆਂ ਫਿਰਦੀਆਂ ਨੇ ਬਾਈ ਹੈ ਤੇ ਬਾਕੀ ਬਾਈ ਜੀ ਗੱਲਬਾਤ ਐ ਆ ਵੀਡੀਓ ਤਾਂ ਮੁਕਾ ਦਿੰਦੇ ਆ ਪਰ ਹੁਣ ਜੇ ਮੰਨ ਲਓ ਕਿਸੇ ਨੇ ਮਿਲਣ ਆਉਣਾ ਹੁਣ ਗੱਲਬਾਤ ਐ ਹੋ ਗਈ ਪਹਿਲਾਂ ਤਾਂ ਹੁੰਦਾ ਸੀ ਯਾਰ ਫੋਨ ਤੇ ਇੰਸਟਾਗ੍ਰਾਮ ਤੇ ਬੰਦੇ ਕਰ ਦਿੰਦੇ ਸੀ ਕੰਟੈਕਟ ਕਿ ਬਾਈ ਅਸੀਂ ਆਹ ਕਰਾਉਣਾ ਹੁਣ ਐ ਹੁੰਦਾ ਹੁਣ ਸਿੱਧੇ ਘਰੇ ਆ ਜਾਂਦੇ ਆ ਘਰੇ ਬਹੁਤ ਆਉਂਦੇ ਬਾਈ ਜੀ ਮਿਲਣ ਹੈ ਹੁਣ ਬਹੁਤ ਫਰਕ ਪੈ ਗਿਆ ਹੁਣ ਪਹਿਲਾਂ ਤੋਂ ਬਹੁਤ ਫਰਕ ਪੈ ਗਿਆ ਬਹੁਤ ਜ਼ਿਆਦਾ ਪੈ ਗਿਆ ਹੁਣ ਨਾ ਚੱਲਦਾ ਬਾਈ ਹੈ ਤੁਹਾਡੇ ਨਾਲ ਹੀ ਆ ਇਹ ਹੋ ਗਿਆ ਤੇ ਹੁਣ ਜੇ ਮੰਨ ਲਓ ਕਿਸੇ ਨੇ ਸਾਡੇ ਕੋਲੇ ਬਾਈ ਆਉਣਾ ਭਾਵੇਂ ਟਰੈਕਟਰ ਦੀ ਮੋਡੀਫਿਕੇਸ਼ਨ ਆ ਇੰਜਨ ਦੀ ਮੋਡੀਫਿਕੇਸ਼ਨ ਆ ਟਰਾਲੀਆਂ ਪੱਖੋਂ ਆਉਣਾ ਕਿਸੇ ਮਿਲਣਾ ਹਨਾ ਟਰਾਲੀਆਂ ਦਾ ਬਾਈ ਸਿੱਧਾ ਭਾਵੇਂ ਹਰਦੀਪ ਕੋਲ ਪਲਾਹੇ ਹਾਂ ਤੇ ਟਰੈਕਟਰਾਂ ਦਾ ਆਪਣਾ ਕਾਲਾ ਬੱਕਰਾ ਤੁਹਾਨੂੰ ਪਤਾ ਹੀ ਆ ਹਾਂ ਤੇ ਬਾਕੀ ਜੇ ਹੋਰ ਕਿਸੇ ਨੇ ਹੋਰ ਤਕੜੀ ਸਲਾਹ ਜੇ ਜਾਣੀ ਕਿ ਬਹਿ ਕੇ ਸਲਾਹ ਕਰਨੀ ਫਿਰ ਭਾਵੇਂ ਸਿੱਧਾ ਕਰੇ ਫਿਰ ਪਿੰਡ ਆਉਣਾ ਆਪਣੇ ਕੋਲੇ ਸਿਕੰਦਰਪੁਰ ਸਰਚ ਕਰਨਾ ਥੋੜਾ ਔਖਾ ਉਹਦਾ ਗੂਗਲ ਦੇ ਪਹਿਲੇ ਨੰਬਰ ਤੇ ਆ ਜਾਂਦਾ ਹਾਂ ਫੇਰ ਬਾਈ ਤੁਸੀਂ ਇੱਥੇ ਆ ਸਕਦੇ ਆ ਇੱਥੇ ਆਹ ਲੈ ਸ਼ੌਂਕੀ ਇਸ਼ਾਰੇ ਮਾਂਡੇ ਮੈਂ ਪਟਾਕੇ ਵਜਾਉਣੇ ਆ ਵਜਾਉਣੇ ਭਾਜੀ ਫਿਰ ਇਹ ਕਰਦੇ ਮਿੱਤਰੋ ਵੀਡੀਓ ਬਣਾਉਣੀ ਆ ਬਾਈ ਤੁਸੀਂ ਪਟਾਕੇ ਚਲਾਓ ਤੇ ਅਸੀਂ ਵੀਡੀਓ ਖਤਮ ਇੱਕ ਆਪਣੇ ਉਹ ਦੇ ਲੋ ਸੰਤਾ ਦੀ ਇੱਚ ਵੀ ਫੋਟੋ ਲੱਗੀ ਅੱਛਾ ਇੱਚ ਵੀ ਲਾਈਓ ਇਹ ਤੁਹਾਡੇ ਸਾਰੇ ਟਰੈਕਟਰਾਂ ਦੇ ਵਿੱਚ ਸੰਤਾ ਦੇ ਸਾਰੇ ਹਾਂ ਉਹ ਆਪਣੀ ਉਹ ਰੀਲ ਦੀ ਬੜੀ ਚੱਲ ਰਹੀ ਹੈ ਹਨਾ ਬਈ ਸੰਤਾ ਦੀ ਫੋਟੋ ਕਿਵੇਂ ਲਾਈ ਬਸ 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 ਮਿੱਤਰੋ ਇਹਨਾਂ ਦਾ ਸਾਰੇ ਟਰੈਕਟਰਾਂ ਦੇ ਤੁਹਾਨੂੰ ਕੋਈ ਨਾ ਕੁਛ ਹੋ ਜਾਂਦਾ ਹਾਂ ਜੀ ਤੇ ਇੱਕ ਆਪਣੇ ਆ ਵੀ ਦੇਖੋ ਭਾਜੀ ਆ ਵੀ ਲਾਇਆ ਆ ਆਮ ਤੌਰ ਤੇ ਲੱਗਦੀ ਨਹੀਂ ਗੱਡੀਆਂ ਜੀ ਹੁੰਦਾ ਹਾਂ ਆਪਾਂ ਗੱਡੀਆਂ 'ਚ ਆਰਮ ਰੈਸਟ ਜਿਹਾ ਲਾਉਨੇ ਆ ਹਾਂ ਜੀ ਇਹਦੇ ਵਿੱਚ ਆ ਸੋਚ ਲਾਏ ਆ ਇਹਦੇ ਵਿੱਚ ਆ ਇਦਾਂ ਬੰਦ ਕਰ ਲਓ ਅੱਛਾ ਹਾਂ ਜੀ ਇਹ ਬਾਈ ਨੇ ਆਪ ਦੀ ਸਹੂਲਤ ਦੇ ਹਿਸਾਬ ਨਾਲ ਸਾਰਾ ਕੁਝ ਕਰਾ ਲਿਆ ਅਜੇ ਹੋਰ ਤੁਹਾਨੂੰ ਥੋੜੀਆਂ ਚੀਜ਼ਾਂ ਰਹਿ ਗਈਆਂ ਦੱਸਣ ਵਾਲੀਆਂ ਹਾਂ ਹੁਣ ਹੁਣ ਹੌਲੀ ਹੌਲੀ ਆਪ ਚੇਤੇ ਆਉਂਦੀਆਂ ਨੇ ਉਹ ਭਾਈ ਕੀਤੇ ਬਹੁਤ ਕੁਝ ਆ ਸਾਲਾ ਇਹਦਾ ਵੀ ਛੇਕ ਉਹਨੇ ਬੰਦ ਕੀਤਾ ਆ ਦੇਖ ਲਓ ਕੁਝ ਨਹੀਂ ਪਤਾ ਲੱਗਦਾ ਸਿਲੰਡਰ ਇਹਦਾ ਉਹ ਕਿੱਥੇ ਆ ਉਹ ਸੁੱਕਾ ਲਾਇਆ ਅੱਛਾ ਉਹ ਅੰਦਰ ਲੱਗ ਗਿਆ ਅੰਦਰ ਲੱਗ ਗਿਆ ਆ ਸ਼ੋਅ ਦਾ ਹੀ ਬੰਦ ਕੀਤਾ ਆ ਅੱਛਾ ਕਿਉਂਕਿ ਇਹ ਜਿਹੜਾ 60-50 ਇੱਕ ਫਾਰਮ ਟਰੈਕ ਦਾ ਇੰਜਣ ਆਉਂਦਾ ਸੀ ਹੁਣ 16 ਦੇ ਟਾਇਰ ਆਉਂਦੇ ਸੀ 50 ਹਾਰਸਪਾਵਰ 'ਚ ਹਾਂ ਤਿੰਨ ਟਰੈਕਟਰਾਂ ਨੂੰ ਆਇਆ ਹੌਲੈਂਡ ਦੇ ਫਾਰਮ ਦੇ ਹੌਲੈਂਡ ਨੂੰ ਉਹ ਸੱਚ ਜੌਨ ਡੀਅਰ ਨੂੰ ਆਹਾਂ
ਤੇ ਉਹਦਾ ਇੰਜਨ ਬਹੁਤ ਜ਼ਬਰਦਸਤ, ਇੱਕ ਹੌਸ ਪਾਵਰ ਬਥੇਰੀ ਕੱਢਦਾ, ਇਹਦੀ ਪੱਠੀ ਹੈਗੀ ਬਾਹਰ, ਇਹਦੇ ਕਰਕੇ ਇੱਥੋਂ ਬੰਦ ਕੀਤਾ, ਪਰ ਪਤਾ ਨਹੀਂ ਲੱਗਦਾ ਬੰਦੇ ਫਿਨਿਸ਼ਿੰਗ ਵੀ ਬਹੁਤ ਵਧੀਆ ਆ। ਇਹ ਪੱਕਾ ਫਿਕਸ ਹੋ ਗਿਆ? ਪੱਕਾ ਨਹੀਂ ਖੁੱਲਦਾ। ਅੱਛਾ, ਇਹ ਵੀ ਕਰਤਾ ਇਹਨੂੰ? ਹੋਰ ਭਾਈ ਕੀ ਕੁਛ ਕੀਤਾ ਹੁਣ, ਬਹੁਤ ਕੁਛ ਆ। ਮਤਲਬ ਥੋੜ੍ਹਾ ਕਹਿੰਦਾ ਭਾਈ ਬੰਨ ਤੇ ਜਾਣ ਨਾਲ ਟਰੈਕਟਰ ਦਾ ਥੋੜ੍ਹਾ ਕੁ ਹੋ ਗਿਆ, ਕਿਉਂ ਮਿੱਟੀ ਜ਼ਿਆਦਾ ਲੱਦੀ ਸੀਗੀ। ਤੇ ਬਾਕੀ ਐਂ ਹੈ ਕਿ ਜਿਹੜੀਆਂ ਰਹਿੰਦੀਆਂ ਗੱਲਾਂ ਬਾਈ ਨੂੰ ਹੁਣ ਜਦੋਂ ਬਾਅਦ 'ਚ ਚੇਤੇ ਹੋਣੀਆਂ, ਜਦੋਂ ਵੀਡੀਓ ਬਣਾਉਣੀ। ਅਲਟੀਨੇਟਰ ਆਪਣਾ ਵੱਡਾ ਲਾਇਆ ਆ, ਉਹ ਇਹਦੇ ਕਰਕੇ ਲੱਗ ਗਿਆ। ਉਹ ਇਹਦੇ ਕਰਕੇ ਲੱਗ ਗਿਆ, ਪਹਿਲਾਂ ਲਾਈ ਛੋਟੀ ਬੈਂਟਰੀਆਂ ਦੋ ਰੱਖੀਆਂ ਸੀ। ਅੱਛਾ, ਉਹ ਫਿਰ ਦੇਖਣ ਭੈੜੀਆਂ ਲੱਗਦੀਆਂ ਸੀ। ਹਾਂ, ਫਿਰ ਸਾਡੇ ਬੰਦੇ ਖਰੇ ਘਰ ਵਾਲਿਆਂ ਨੂੰ ਵਾਟਰੀ ਚੱਕ ਲਿਆਂਦਾ। ਆਹੋ ਇੱਦਾਂ ਕਿ ਹੌਲੀ ਹੌਲੀ ਗੱਲਾਂ ਚੇਤੇ ਆਈ ਜਾਣੀਆਂ, ਜਦੋਂ ਵੀਡੀਓ ਮੁੱਕ ਗਈ ਫਿਰ ਬਾਈ ਉੱਥੇ ਬੈਠੇ ਨੇ ਕਹਿਣਾ, ਫੇਕਣਾ ਵੀ ਉਹ ਜੀ ਰਹਿ ਗਏ। ਬੰਪਰ ਤੋਂ ਲੈ ਕੇ ਟਰਾਲੀ ਦੇ ਐਨ ਸਿਰੇ ਜਿੱਥੇ ਹੋਕਾ ਲੱਗਿਆ ਹੁੰਦਾ ਉੱਥੇ ਤੱਕ ਜਾਣਾ, ਬੰਦੇ ਸਾਰੇ ਹੀ ਆ ਮੋਡੀਫਿਕੇਸ਼ਨ ਵਾਲੇ। ਅੱਜ ਇਹ ਲਾਈਟਾਂ ਲੂਟਾਂ ਦੇ ਖਾਨਾ ਗੁਰੀ ਹੈਗਾ ਹੀ ਆ, ਜਿੱਦਾਂ ਦੀਆਂ ਮਰਜ਼ੀ ਕਰਾ ਲਓ। ਬੰਪਰ ਤੋਂ ਲੈ ਕੇ ਬਾਈ ਟਰਾਲੀ ਦੇ ਡਾਲੇ ਤੱਕ, ਜੇ ਗੁਣੀਆਂ 'ਚ ਕੰਮ ਕਰਨਾ ਸਾਡਾ ਬਾਂਟੀ ਹੈਗਾ ਆ। ਹਾਂ, ਬਾਕੀ ਕੰਮ ਧੰਦੇ 'ਚ ਬੰਦੇ ਫਦੇ ਆ। ਬਸ ਮਿੱਤਰੋ, ਤੇ ਰਹਿੰਦੀ ਗੱਲਬਾਤ ਜਿਹੜੀ ਉਹ ਤੁਸੀਂ ਇੱਥੇ ਆ ਕੇ ਕਰ ਲਿਓ ਬਾਈ ਹੁਣ, ਉਹਨਾਂ ਦਾ ਇੰਸਟਾਗ੍ਰਾਮ 'ਤੇ, ਅਤੇ ਬਾਈ ਇਹ ਵੀਡੀਓ ਤੁਹਾਡੇ ਕੰਮ ਆਵੇ, ਅਤੇ ਤੁਹਾਡਾ ਬਾਈ ਜੀ, ਅਤੇ ਬਾਈ ਤੁਹਾਡਾ ਸਮਾਂ ਦੇਣ ਲਈ ਉਹ ਨਹੀਂ, ਥੈਂਕ ਯੂ। ਠੀਕ ਆ, ਵੀਡੀਓ ਖਤਮ ਕਰਦੇ ਹਾਂ ਬਾਈ। ਓਕੇ ਬਾਈ, ਕਰਦੇ ਕਰਦੇ ਕੱਟ ਲਾ ਦੇ ਜੱਟਾ।